ਹੈਲੋ ਐਵਰੀਵਨ, ਮਾਈ ਨੇਮ ਇਜ਼ ਸਨੀ, ਵੈਲਕਮ ਟੂ ਸਨੀ ਕੋਚਿੰਗ ਕਲਾਸਿਸ। ਅੱਜ ਸਾਡੇ ਕੋਲ ਨੇ ਹਰਸ਼ਿਕਾ ਜੀ, ਇਹਨਾਂ ਨੇ ਦਿਸ ਈਅਰ PAU CET ਐਗਜ਼ਾਮ ਦਿੱਤਾ ਐਂਡ PMET ਐਗਜ਼ਾਮ ਦਿੱਤਾ। ਦੋਨੋਂ ਐਗਜ਼ਾਮ ਬਹੁਤ ਵਧੀਆ ਰਿਜ਼ਲਟ ਨਾਲ ਕੁਆਲੀਫਾਈ ਕਰ ਲਏ ਨੇ ਐਂਡ ਫਾਈਨਲੀ ਐਡਮਿਸ਼ਨ ਵੀ ਲੈਣ ਵਾਲੇ ਨੇ। ਇਹਨਾਂ ਤੋਂ ਇਹਨਾਂ ਦੇ ਐਗਜ਼ਾਮ ਦਾ ਐਕਸਪੀਰੀਅੰਸ ਜਾਣਾਂਗੇ, ਕਿਸ ਤਰ੍ਹਾਂ ਪ੍ਰੈਪਰੇਸ਼ਨ ਤੁਹਾਨੂੰ ਵੀ ਕਰਨੀ ਚਾਹੀਦੀ ਹੈ। ਤਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਨਾਲ। ਪਲੀਜ਼ ਤੁਹਾਡੀ ਇੰਟਰੋਡਕਸ਼ਨ, ਤੁਹਾਡਾ ਨਾਮ, ਕਿੱਥੋਂ ਆਏ ਹੋ, ਕਿਹੜੇ ਕਿਹੜੇ ਐਗਜ਼ਾਮ ਦਿੱਤੇ, ਕਿੰਨਾ ਕਿੰਨਾ ਰਿਜ਼ਲਟ ਰਿਹਾ। ਸਤਿ ਸ਼੍ਰੀ ਅਕਾਲ ਸਰ, ਮੈਂ ਬਠਿੰਡੇ ਤੋਂ ਹਾਂ ਐਂਡ ਮੈਂ PPMET ਐਂਡ PAU CET ਦਾ ਐਗਜ਼ਾਮ ਦਿੱਤਾ ਸੀ। PPMET ਵਿੱਚ ਮੇਰੀ 92% ਆਈ ਸੀ ਐਂਡ PAU CET ਵਿੱਚ 52 ਰੈਂਕ ਸੀ ਐਂਡ ਮੈਂ ਉਸ 'ਚ ਵੀ ਐਡਮਿਸ਼ਨ ਲਈ ਹੈ ਹਾਰਟੀਕਲਚਰ ਦੇ ਵਿੱਚ। ਓਕੇ, PU ਦੇ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮਸ ਨੇ, ਤੁਸੀਂ ਹਾਰਟੀਕਲਚਰ ਕਿਉਂ ਪ੍ਰੈਫਰ ਕੀਤਾ? ਬਾਇਓਟੈਕ, ਫੂਡ ਟੈਕ, ਹੋਰ ਵੀ ਬਹੁਤ ਸਾਰੇ ਕੋਰਸਿਸ ਨੇ। ਹਾਰਟੀਕਲਚਰ ਦਾ ਸਕੋਪ ਜ਼ਿਆਦਾ ਬੈਟਰ ਲੱਗਦਾ ਮੈਨੂੰ ਐਂਡ ਉਸ 'ਚ ਇੰਟਰਸਟ ਵੀ ਹੈ। ਠੀਕ ਹੈ, ਕਨਫਿਊਜ਼ਨ ਹੈ ਹਜੇ ਵੀ ਹਾਰਟੀਕਲਚਰ ਔਰ BSc ਨਰਸਿੰਗ ਜਾਂ ਸੋਰਟਡ? ਹੈਗੀ ਹੈ ਕਨਫਿਊਜ਼ਨ ਥੋੜ੍ਹੀ ਹਜੇ। ਠੀਕ ਹੈ। ਅੱਛਾ, ਵੈਸੇ ਤੁਸੀਂ +1-2 ਦੀ ਡਿਊਰੇਸ਼ਨ ਦੇ ਵਿੱਚ ਕੀ ਸੋਚਦੇ ਸੀ, ਉਦੋਂ ਤੁਹਾਡਾ ਮਨ ਕੀ ਸੀ? ਉਦੋਂ ਨੀਟ ਦਾ ਹੀ ਦਿੱਤਾ ਸੀ ਪੇਪਰ, ਉਹਦੇ 'ਚ ਅੱਛੇ ਮਾਰਕਸ ਨਹੀਂ ਆਏ ਸੋ ਫਿਰ। ਠੀਕ ਹੈ। ਅੱਛਾ, ਵਾਈ BSc ਨਰਸਿੰਗ? ਬਿਕੋਜ਼ ਮੈਡੀਕਲ ਦੇ ਨਾਲ ਰਿਲੇਟਡ ਹੈ, ਆਪਾਂ ਵਧੀਆ ਸੋਸਾਇਟੀ ਲਈ ਕੁਝ ਕਰ ਸਕਦੇ ਹਾਂ ਇਹਦੇ ਵਿੱਚ। ਐਂਡ ਵਾਈ ਹਾਰਟੀਕਲਚਰ? ਉਹਦਾ ਵੀ ਸਕੋਪ ਬੈਟਰ ਹੈ, ਇਸ ਲਈ। ਤੇ ਜਿਆਦਾ ਕਿਹਦਾ ਬੈਟਰ ਹੈ? ਉਹ ਹਜੇ ਕਨਫਿਊਜ਼ਨ ਹੈ ਉਹੀ। ਠੀਕ ਹੈ, ਦੋਨੋਂ ਚੀਜ਼ਾਂ ਹੀ ਠੀਕ ਨੇ, ਦੋਨੋਂ ਹੀ ਠੀਕ ਨੇ। ਇਨ ਸ਼ਾਰਟ, ਵਨ ਸ਼ਾਰਟ ਚਾਂਸਰ ਦੱਸਾਂ ਤਾਂ, ਜੇ ਤੁਸੀਂ ਫੋਰਨ ਦੇ ਵਿੱਚ ਸਕੋਪ ਦੇਖਣਾ ਆਫਟਰ ਯੋਰ ਡਿਗਰੀ, ਦੈਨ BSc ਨਰਸਿੰਗ ਇਜ਼ ਅ ਬੈਟਰ ਚੋਇਸ। ਅਗਰ ਆਪਾਂ ਇੱਥੇ ਹੀ ਗੌਰਮੈਂਟ ਜੋਬਸ ਜਾਂ ਪ੍ਰਾਈਵੇਟ ਜੋਬਸ ਇੱਥੇ ਇੰਡੀਆ ਦੇ ਵਿੱਚ ਜ਼ਿਆਦਾ ਫਿਊਚਰ ਦੇਖਦੇ ਹਾਂ, ਤਾਂ PAU ਹਾਰਟੀਕਲਚਰ ਇਜ਼ ਅ ਬੈਟਰ ਚੋਇਸ। ਹਾਂਜੀ, ਠੀਕ ਹੈ। ਨੀਟ ਤੋਂ ਬਾਅਦ ਵੀ 16 ਜੂਨ ਦੇ ਵਿੱਚ ਗੈਪ ਸੀ, ਥਿੰਕ ਦੈਟ ਟਾਈਮ ਹਜੇ ਸੋਚ ਰਹੇ ਸੀ ਕੀ ਕਰਨਾ ਕਿ ਕੁਛ? ਉਦੋਂ ਐਗਜ਼ਾਮ ਇਹਨਾਂ ਦੇ ਫਿਲ ਕੀਤੇ ਸੀ ਤਾਂ ਕਰਦੀ ਰਹਿੰਦੀ ਸੀ ਸਟੱਡੀ, ਖੁਦ ਹੀ ਸੈਲਫ ਸਟੱਡੀ ਉਸ ਟਾਈਮ। ਠੀਕ ਹੈ, ਚਲੋ 1 by 1 ਡਿਸਕਸ ਕਰ ਲੈਂਦੇ ਹਾਂ। ਪਹਿਲਾਂ CET, PAU CET ਐਗਜ਼ਾਮ ਕਿਸ ਤਰ੍ਹਾਂ ਦਾ? ਈਜ਼ੀ ਹੈ, ਮੁਸ਼ਕਿਲ ਹੈ, ਮੋਡਰੇਟ ਹੈ? ਉਹ ਮੋਡਰੇਟ ਐਗਜ਼ਾਮ ਹੈ। ਠੀਕ ਹੈ, ਤੁਸੀਂ ਜਿਵੇਂ ਨੀਟ ਐਗਜ਼ਾਮ ਵੀ ਦਿੱਤਾ ਹੋਇਆ, ਯੂ ਕੈਨ ਬੈਟਰ। ਜੇ ਨੀਟ ਤੋਂ ਕਿੰਨਾ ਕੁ ਲੱਗ ਗਿਆ CET? ਨੀਟ ਤੋਂ ਤਾਂ ਈਜ਼ੀ ਹੈ, ਅੱਛੀ ਨੌਲੇਜ ਦੇ ਬੋਰਡਸ ਦੀ ਵੀ ਹੋਵੇ ਤਾਂ CET ਐਗਜ਼ਾਮ ਕਲੀਅਰ ਹੋ ਸਕਦਾ। ਠੀਕ ਹੈ, ਜਿਵੇਂ ਨੀਟ ਦੇ ਵਿੱਚ ਮੋਸਟਲੀ NCERT ਬੇਸ ਹੁੰਦਾ ਹੈ ਜਾਂ ਸਿਲੇਬਸ ਜੋ ਰਿਡਿਊਸ ਹੋ ਚੁੱਕਿਆ ਉਹਦੇ 'ਚੋਂ ਹੀ ਹੁੰਦਾ ਹੈ, CET ਦੇ ਵਿੱਚ ਆਊਟ ਆਫ NCERT ਸੀਟ ਦੇ ਵਿੱਚ ਆਊਟ ਆਫ NCERT ਜੋ ਪੋਰਸ਼ਨ ਰਿਡਿਊਸ ਹੋ ਚੁੱਕਿਆ ਉਹਦੇ 'ਚੋਂ ਵੀ ਕੁਐਸਚਨ ਆਉਂਦੇ ਨੇ? ਹਾਂਜੀ, ਨੈਗਲੀਜੀਬਲ, ਉਹਨੂੰ ਇਗਨੋਰ ਕਰਕੇ ਕੰਮ ਚੱਲ ਜੂਗਾ ਜਾਂ ਉਹਦੇ ਵਿਦਆਊਟ ਚੱਲ ਸਕਦਾ ਹੈਗਾ ਜੇ ਬਾਕੀ ਅੱਛੇ ਤਰੀਕੇ ਨਾਲ ਕਰੀਏ ਤਾਂ। ਠੀਕ ਹੈ, CET 'ਚ ਨਿਊਮੈਰੀਕਲ ਪਾਰਟ ਕਿੰਨਾ ਹੁੰਦਾ? ਉਹਦੇ 'ਚ ਘੱਟ ਹੁੰਦਾ ਨਿਊਮੈਰੀਕਲ ਪਾਰਟ, ਥੋੜ੍ਹੀ ਬੇਸਿਕ ਨੌਲੇਜ ਹੋਵੇ ਤਾਂ ਹੋ ਸਕਦੇ ਆ ਨਿਊਮੈਰੀਕਲਸ ਉਹਦੇ ਨਾਲ। ਠੀਕ ਹੈ, ਠੀਕ ਹੈ। ਨੈਗੇਟਿਵ ਮਾਰਕਿੰਗ ਵੀ ਹੁੰਦੀ ਹੈ CET ਦੇ ਵਿੱਚ, ਤਾਂ CET ਦੇ ਵਿੱਚ ਨੈਗੇਟਿਵ ਮਾਰਕਿੰਗ ਨੂੰ ਕਿੱਦਾਂ ਅਵੋਇਡ ਕਰੀਏ? ਜਿਹੜੇ ਸ਼ੋਰ ਹੈਗੇ ਆ ਉਹ ਫਿਲ ਕਰੋ ਐਂਡ ਜਿਹਦਾ ਬਿਲਕੁਲ ਹੀ ਕੋਈ ਆਈਡੀਆ ਨਹੀਂ ਹੈ ਤਾਂ ਉਹ ਫਿਲ ਨਾ ਹੀ ਕਰੀਏ। ਠੀਕ ਹੈ, ਟਾਈਮ ਸ਼ਾਰਟੇਜ ਤਾਂ ਨਹੀਂ ਹੁੰਦੀ ਤੁਹਾਨੂੰ? 200 ਕੁਐਸਚਨਸ 180 ਮਿੰਟਸ ਮਿਲਦੇ ਨੇ, 1 ਮਿੰਟ ਵੀ ਪੂਰਾ ਨਹੀਂ ਮਿਲਦਾ? ਹੋ ਜਾਂਦੀ ਹੈ ਟਾਈਮ ਮੈਨੇਜਮੈਂਟ। ਤੁਹਾਡਾ ਕੰਪਲੀਟ ਹੋ ਗਿਆ ਸੀ ਕਿ ਟਾਈਮ ਬਚ ਗਿਆ ਸੀ ਜਾਂ ਕੱਟ ਗਿਆ? ਵਿੱਚ ਜਿਹੜੇ ਨਹੀਂ ਆਉਂਦੇ ਸੀ ਉਹ ਛੱਡਤੇ ਸੀ ਤਾਂ ਉਸ ਦੇ ਕਾਰਨ ਹੋ ਗਿਆ ਸੀ, ਜ਼ਿਆਦਾ ਟਾਈਮ ਇੱਕ ਕੁਐਸਚਨ ਦੇ ਨਾਲ ਆਈਏ, ਨਹੀਂ ਆਉਂਦਾ ਤਾਂ ਛੱਡ ਦਿਓ। ਠੀਕ ਹੈ, ਠੀਕ ਹੈ। ਥਿਊਰੀ 'ਤੇ ਜ਼ਿਆਦਾ ਫੋਕਸ ਕਰੀਏ ਜਾਂ ਨਿਊਮੈਰੀਕਲਸ ਦੀ ਜ਼ਿਆਦਾ ਪ੍ਰੈਕਟਿਸ ਕਰੀਏ? ਥਿਊਰੀ ਨਿਊਮੈਰੀਕਲ ਦੋਨੇ, ਜ਼ਿਆਦਾ ਥਿਊਰੀ 'ਤੇ ਕਰਨਾ ਚਾਹੀਦਾ, ਫਿਰ ਉਹਦੇ ਨਾਲ ਕਨਸੈਪਟ ਬਿਲਡ ਹੋ ਜਾਂਦੇ ਆ। ਠੀਕ ਹੈ, ਠੀਕ ਹੈ। ਅਤੇ ਕੀ ਕੁਛ ਮਟੀਰੀਅਲ ਜਾਂ ਰਿਸੋਰਸਿਸ ਤੁਸੀਂ ਯੂਜ਼ ਕੀਤਾ ਫੋਰ ਦਾ ਪ੍ਰੈਪਰੇਸ਼ਨ? ਤੁਹਾਡੇ ਤੋਂ ਕੋਚਿੰਗ ਲਈ ਸੀ ਐਂਡ ਜਿਹੜਾ ਤੁਸੀਂ ਮਟੀਰੀਅਲ ਭੇਜਦੇ ਹੋ ਉਹ ਬੈਸਟ ਹੈ
ਐਂਡ ਪੋਰਟਲ ਦੇ ਉੱਪਰ ਜੋ ਵੀ ਚੀਜ਼ਾਂ ਉਹਦੇ 'ਚ ਕੁਐਸਚਨਸ ਵਗੈਰਾ ਉਹਦੇ ਨਾਲ ਵਧੀਆ ਪ੍ਰੈਕਟਿਸ ਹੋ ਜਾਂਦੀ ਹੈ। ਠੀਕ ਹੈ, ਚਲੋ ਹੁਣ ਆਪਾਂ PPMET ਵੱਲ ਹੀ ਆਉਂਦੇ ਹਾਂ। PPMET ਦੇ ਵਿੱਚ ਜਿਵੇਂ 5 ਸਬਜੈਕਟ ਆਉਂਦੇ ਨੇ, ਸਭ ਤੋਂ ਈਜ਼ੀ ਕਿਹੜਾ, ਮੁਸ਼ਕਿਲ ਕਿਹੜਾ? ਬਾਇਓ ਈਜ਼ੀ, ਫਿਜ਼ਿਕਸ ਮੁਸ਼ਕਿਲ ਲੱਗਦੀ ਹੈ। ਠੀਕ ਹੈ, PPMET ਦੇ ਵਿੱਚ ਨਿਊਮੈਰੀਕਲਸ ਕਿੰਨੇ ਆਉਂਦੇ ਨੇ? ਕੋਈ ਜ਼ਿਆਦਾ ਨਹੀਂ, ਮਤਲਬ ਥਿਊਰੀ ਦੇ ਉੱਤੇ ਰਿਲੇਟਡ ਉਹਦੇ ਨਾਲ ਹੀ ਆਉਂਦੇ ਆ। ਠੀਕ ਹੈ, ਮਤਲਬ ਛੋਟੇ ਛੋਟੇ ਬੇਸਿਕ ਨਿਊਮੈਰੀਕਲਸ ਹੀ ਹੁੰਦੇ ਨੇ। ਤੇ PPMET ਦੇ ਵਿੱਚ ਆਊਟ ਆਫ NCERT ਜਾਂ ਰਿਡਿਊਸ ਪੋਰਸ਼ਨ ਚੋਂ ਕਿੰਨਾ ਪਿਆ? ਇਸ ਵਾਰ ਥੋੜਾ ਅਲੱਗ ਆਇਆ ਸੀ, ਜਿਵੇਂ ਰੀਜ਼ਨਿੰਗ ਵਗੈਰਾ। ਅੱਛਾ, ਨਹੀਂ ਜਿਵੇਂ ਜਿਵੇਂ ਚੈਪਟਰਸ P+1 ਤੋਂ ਆਪਾਂ ਨਹੀਂ ਪੜ੍ਹੇ, ਲਾਈਕ ਪੋਲੀਮਰਸ ਨਹੀਂ ਪੜ੍ਹਿਆ, ਮੈਟਲਰਜੀ ਨਹੀਂ ਪੜ੍ਹਿਆ, P-ਬਲੋਕ ਨਹੀਂ ਪੜ੍ਹਿਆ, ਬਹੁਤ ਸਾਰੇ ਚੈਪਟਰਸ ਤਾਂ ਆਪਣੇ ਰਿਡਿਊਸ ਹੋ ਚੁੱਕੇ ਨੇ, ਉਹਨਾਂ ਦੇ ਵਿੱਚੋਂ ਐਗਜ਼ਾਮ ਆਉਂਦਾ ਥੋੜ੍ਹਾ ਬਹੁਤ ਕਿ ਨਹੀਂ? ਥੋੜ੍ਹਾ ਬਹੁਤ ਆ ਜਾਂਦਾ, ਪਰ ਜਿਹੜਾ ਹੈਗਾ ਉਹੀ ਕਰੀਏ ਤਾਂ ਹੋ ਸਕਦਾ ਕਲੀਅਰ। ਠੀਕ ਹੈ, ਠੀਕ ਹੈ। ਅਤੇ PPMET ਦੇ ਵਿੱਚ ਟਾਈਮ ਸ਼ਾਰਟੇਜ, ਉਹ ਵੀ ਹੋ ਸਕਦਾ ਟਾਈਮ ਦੇ ਵਿੱਚ ਵਿੱਚ। ਠੀਕ ਹੈ, ਅੱਛਾ, ਜਦੋਂ ਆਪਾਂ ਪ੍ਰੈਪਰੇਸ਼ਨ ਸਟਾਰਟ ਕਰਦੇ ਹਾਂ ਉਦੋਂ ਕੋਈ ਬਿਗੈਸਟ ਚੈਲੇਂਜ, ਜਦੋਂ ਤੁਸੀਂ ਪ੍ਰੈਪਰੇਸ਼ਨ ਸਟਾਰਟ ਕੀਤੀ ਤੁਹਾਡੇ ਮਨ 'ਚ ਸਭ ਤੋਂ ਵੱਡਾ ਡਰ ਕੀ ਸੀ? ਡਰ ਤਾਂ ਥੋੜ੍ਹਾ ਥੋੜ੍ਹਾ ਕਰਦੇ ਰਹੋ, ਉਹਦੇ ਨਾਲ ਹੋ ਜਾਂਦਾ, ਡਰ ਤਾਂ ਕੋਈ ਨਹੀਂ ਸੀ। ਠੀਕ ਹੈ, ਜਦੋਂ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਨੇ ਸਟੂਡੈਂਟ, ਤੁਹਾਡੇ ਅਕੋਰਡਿੰਗ ਕੀ ਕਾਮਨ ਮਿਸਟੇਕਸ ਨੇ ਜੋ ਸਟੂਡੈਂਟ ਕਰਦੇ ਨੇ ਅਤੇ ਉਹਨਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ? ਜ਼ਿਆਦਾ ਇੱਧਰ ਉੱਧਰ ਦਾ ਪੜ੍ਹਨ ਦੀ ਕੋਈ ਲੋੜ ਨਹੀਂ ਹੈਗੀ, NCERT ਪੜ੍ਹੋ ਐਂਡ ਕੁਐਸਚਨ ਉਹਦੇ ਨਾਲ ਨਾਲ ਪ੍ਰੈਕਟਿਸ ਕਰੋ, ਪ੍ਰੈਕਟਿਸ ਦੇ ਨਾਲ ਹੋ ਜਾਂਦਾ ਹੈ, ਕੁਐਸਚਨ ਕਰਾਂਗੇ ਤਾਂ ਸਮਝ ਚੰਗੀ ਤਰ੍ਹਾਂ ਆ ਜਾਂਦੀ ਹੈ ਚੀਜ਼। ਠੀਕ ਹੈ, ਤੁਹਾਡਾ ਐਗਜ਼ਾਮ ਤੋਂ ਪਹਿਲਾਂ ਡੇਲੀ ਸ਼ਡਿਊਲ ਕੀ ਹੁੰਦਾ ਸੀ? ਕਿੰਨੇ ਆਵਰਸ ਕਲਾਸਿਸ, ਕਿੰਨੇ ਆਵਰਸ ਸੈਲਫ ਸਟੱਡੀ, ਕੀ ਕੁਛ ਕਰਦੇ ਸੀ? ਸਾਡੀ 6 hours ਦੀ ਕਲਾਸਿਸ ਹੁੰਦੀਆਂ ਸੀ, ਵਿੱਚ ਕਈ ਵਾਰੀ ਐਕਸਟਰਾ ਕਲਾਸਿਸ ਵੀ ਹੁੰਦੀਆਂ ਸੀ। ਸੁਬਹਾ 7 to 10, ਉਸ ਤੋਂ ਬਾਅਦ ਪਹਿਲਾਂ ਉਸਦੇ 'ਚ ਮੌਕ ਟੈਸਟ ਕਰਵਾਉਂਦੇ ਆ ਐਂਡ ਉਸ ਤੋਂ ਬਾਅਦ ਉਹ ਕੁਐਸਚਨ ਚੰਗੀ ਤਰ੍ਹਾਂ ਕਰ ਲਵੋ, ਉਸ ਤੋਂ ਬਾਅਦ ਸੈਲਫ ਸਟੱਡੀ ਜਿਹੜਾ ਟਾਈਮ ਵਿੱਚ ਮਿਲਦਾ ਐਂਡ ਫਿਰ ਸ਼ਾਮ ਨੂੰ ਕਲਾਸਿਸ ਹੁੰਦੀਆਂ ਨੇ ਅਤੇ ਉਹਦੇ 'ਚ ਥਿਊਰੀ ਹੁੰਦੀ ਹੈ ਉਹ ਕਰਕੇ ਅਤੇ ਰਾਤ ਨੂੰ ਉਹਦੇ ਰਿਵੀਜ਼ਨ। ਫੁੱਲ ਸਿਲੇਬਸ ਦੇ ਮੌਕ ਟੈਸਟ ਕਿੰਨੇ ਕੁ ਯੂਜ਼ਫੁੱਲ ਹੁੰਦੇ ਨੇ ਪ੍ਰੈਪਰੇਸ਼ਨ ਦੇ ਲਈ? ਉਹ ਸਭ ਤੋਂ ਜ਼ਿਆਦਾ ਯੂਜ਼ਫੁੱਲ ਚੀਜ਼ ਉਹੀ ਹੈ, ਉਹਦੇ ਨਾਲ ਰਿਲੇਟਡ ਹੀ ਆਉਂਦੇ ਆ ਉਸ ਤੋਂ ਸਭ ਕੁਐਸਚਨ ਵਗੈਰਾ। ਠੀਕ ਹੈ, ਠੀਕ ਹੈ। ਫੈਮਿਲੀ, ਫਰੈਂਡਸ ਐਂਡ ਰਿਲੇਟਿਵਸ ਦਾ ਕਿੰਨਾ ਕੁ ਰੋਲ ਹੁੰਦਾ ਇਸ ਪ੍ਰੈਪਰੇਸ਼ਨ ਜਰਨੀ ਦੇ ਵਿੱਚ? ਉਹ ਆਪਾਂ ਨੂੰ ਮੋਟੀਵੇਟ ਕਰਦੇ ਆ, ਤਾਂ ਬਹੁਤ ਰੋਲ ਹੈ ਪੇਰੈਂਟਸ ਦਾ ਮੇਨਲੀ, ਉਹ ਹਮੇਸ਼ਾ ਮੋਟੀਵੇਟ ਕਰਦੇ ਆ, ਕੁਛ ਡੀਮੋਟੀਵੇਟ ਕਦੇ ਨਹੀਂ ਕੀਤਾ ਐਂਡ ਅੱਗੇ ਵਧਣ ਲਈ ਪੂਰੀ ਪੂਰੀ ਸਪੋਰਟ ਕਰਦੇ ਆ। ਅੱਛਾ, ਜਦੋਂ ਆਪਾਂ ਪ੍ਰਿਪਰੇਸ਼ਨ ਕਰ ਰਹੇ ਹੁੰਦੇ ਹਾਂ ਬਹੁਤ ਵਾਰੀ ਕਈ ਵਾਰੀ ਡੀਮੋਟੀਵੇਸ਼ਨ ਹੋਣ ਲੱਗਦੀ ਹੈ, ਨੈਚੁਰਲ ਹੈ ਕਿ ਟਾਈਮ ਘੱਟ ਹੁੰਦਾ, ਪਤਾ ਨਹੀਂ ਹੁੰਦਾ ਐਗਜ਼ਾਮ ਕਦੋਂ ਆ ਰਿਹਾ, ਕਿੰਨਾ ਲਿਮਿਟਡ ਟਾਈਮ ਹੈ, ਇੰਨੇ ਲਿਮਿਟਡ ਟਾਈਮ ਦੇ ਵਿੱਚ ਸਾਰਾ ਸਿਲੇਬਸ ਰਿਵਾਈਜ਼ ਕਰਨਾ, ਸਪੈਸ਼ਲੀ ਫਿਜ਼ਿਕਸ ਕੈਮਿਸਟਰੀ ਕਰਨ, ਕਈ ਸਟੂਡੈਂਟ ਮੈਡੀਕਲ ਬੈਕਗਰਾਊਂਡ ਦੇ ਕਰਨ ਬੈਠਦੇ ਨੇ ਤਾਂ ਨੋਮੈਰੀਕਲ ਸੋਲਵ ਨਹੀਂ ਹੁੰਦੇ, ਘੰਟਾ ਲਗਾ ਕੇ 10-15 ਕੁਸ਼ਚਨ ਹੀ ਸੋਲਵ ਹੁੰਦੇ ਨੇ, ਡੀਮੋਟੀਵੇਸ਼ਨ ਹੋਣ ਲੱਗਦੀ ਹੈ। ਤੁਹਾਡੇ ਲਈ ਸੋਰਸ ਆਫ ਮੋਟੀਵੇਸ਼ਨ ਜਾਂ ਕਹਿ ਲਓ ਰੋਲ ਮਾਡਲ ਇਹੋ ਜਿਹੀ ਸਿਚੁਏਸ਼ਨ 'ਚ ਕੀ ਸੀ, ਕਿਸ ਤਰ੍ਹਾਂ ਡੀਲ ਕੀਤਾ? ਪੇਰੈਂਟਸ ਹੀ ਸੀ ਮੇਨ ਜਿਹੜੀ ਮੋਟੀਵੇਸ਼ਨ ਸੀ, ਬਿਕੋਜ਼ ਇੱਕ ਤਾਂ ਟਾਈਮ ਥੋੜ੍ਹਾ ਸੀ ਤਾਂ ਹੋਰ ਕੋਈ ਚੋਇਸ ਹੈ ਨਹੀਂ ਸੀ ਕਿ ਪੜ੍ਹਨਾ ਤਾਂ ਫਿਰ ਕਰਨਾ ਪਊਗਾ ਹੀ, ਹੁਣ ਜਿੰਨਾ ਟਾਈਮ ਹੈ ਉਹ ਸਾਰਾ ਸਟੱਡੀ ਨੂੰ ਦਿਓ ਐਂਡ ਵਧੀਆ ਰਿਜ਼ਲਟ ਆਊਗਾ ਜੇ ਆਪਾਂ ਮਿਹਨਤ ਕਰਾਂਗੇ। ਕਿੰਨੇ ਕੋਰਸ ਦੀ ਸੈਲਫ ਸਟੱਡੀ ਹੁੰਦੀ ਸੀ ਤੁਸੀਂ ਦੱਸਿਆ? ਮੇਰੀ 6 hours, 5-6 hours ਹੁੰਦੀ ਸੀ। ਓਕੇ, ਤੇ ਕਲਾਸਿਸ ਮਿਨੀਮਮ ਕਿੰਨੀਆਂ ਡੇਲੀ ਹੋ ਜਾਂਦੀਆਂ ਸੀ? ਲਾਈਕ 6 hours ਦੀ ਹੁੰਦੀ ਸੀ ਕਲਾਸ ਵੀ ਉਦੋਂ। ਅੱਛਾ, 6 hours ਦੀ ਕਲਾਸ ਹੋ ਗਈ, 6 hours ਦੀ ਸੈਲਫ ਸਟੱਡੀ ਹੋ ਗਈ, 12 hours, ਹਜੇ ਕੋਈ ਨਾ ਕੋਈ ਐਕਸਟਰਾ ਕਲਾਸ ਵੀ ਵਿੱਚ ਲੱਗ ਸਕਦੀ ਹੈ। ਹਾਂਜੀ, ਤੇ ਇੰਨੀ ਸਿਟਿੰਗ ਦੇਣ ਦੀ ਆਦਤ ਆਪਾਂ ਨੂੰ ਸ਼ੁਰੂ ਤੋਂ ਹੀ ਸੀਗੀ? ਨਹੀਂ, ਸ਼ੁਰੂ ਤੋਂ ਨਹੀਂ ਸੀ, ਹੁਣ ਜਦੋਂ ਪਤਾ ਸੀ ਆ ਰਿਹਾ ਐਗਜ਼ਾਮ ਤਾਂ ਪੜ੍ਹਨਾ ਪਊਗਾ। ਠੀਕ ਹੈ, ਠੀਕ ਹੈ, ਠੀਕ ਹੈ।
ਅੱਛਾ, ਤੁਸੀਂ ਪ੍ਰੈਪਰੇਸ਼ਨ ਸਾਡੇ ਨਾਲ ਆਨਲਾਈਨ ਕੀਤੀ ਜਾਂ ਆਫਲਾਈਨ? ਆਨਲਾਈਨ ਮੋਡ। ਤੁਹਾਨੂੰ ਪਹਿਲਾਂ ਤਾਂ ਸਨੀ ਕੋਚਿੰਗ ਕਲਾਸਿਸ ਬਾਰੇ ਪਤਾ ਕਿਸ ਤਰ੍ਹਾਂ ਲੱਗਿਆ? ਮੈਂ ਆਨਲਾਈਨ ਹੀ ਦੇਖ ਰਹੀ ਸੀ, ਆਨਲਾਈਨ ਹੀ ਪਤਾ ਲੱਗਿਆ ਮੈਨੂੰ ਸਨੀ ਕਲਾਸਿਸ ਬਾਰੇ। ਠੀਕ ਹੈ, ਅਤੇ ਤੁਸੀਂ ਆਨਲਾਈਨ ਜਿਵੇਂ ਕੋਰਸ ਲਗਾਇਆ, ਆਨਲਾਈਨ ਕਲਾਸਿਸ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਰਹਿੰਦਾ? ਆਨਲਾਈਨ ਕਲਾਸਿਸ ਵੀ ਬੈਸਟ ਹੀ ਹੈ, ਆਪਾਂ ਘਰੋਂ ਪੜ੍ਹ ਸਕਦੇ ਹਾਂ, ਕੋਈ ਆਉਣ ਜਾਣ ਦੀ ਟੈਨਸ਼ਨ ਨਹੀਂ, ਐਂਡ ਸੇਮ ਹੀ ਆਫਲਾਈਨ ਨਾਲੋਂ ਕੋਈ ਫਰਕ ਨਹੀਂ ਹੈ, ਵਧੀਆ ਉੱਥੇ ਸਭ ਕੁਝ ਪੜ੍ਹਾਇਆ ਜਾਂਦਾ। ਐਂਡ ਕਈ ਲੋਕਾਂ ਦਾ ਕਹਿਣਾ ਵੀ ਨਹੀਂ ਆਨਲਾਈਨ ਨਹੀਂ, ਆਫਲਾਈਨ ਟੀਚਰ ਦੇ ਕੋਲ ਬੈਠ ਕੇ ਸਮਝ ਆਉਂਦੀ ਆ, ਆਨਲਾਈਨ ਪੜ੍ਹਾਈ ਕਿਵੇਂ ਹੋਜੂ? ਕਈ ਬੱਚੇ ਵਿਚਾਰੇ ਪੇਰੈਂਟਸ ਨੂੰ ਨਹੀਂ ਕਨਵਿੰਸ ਕਰ ਪਾਉਂਦੇ, ਪੇਰੈਂਟਸ ਕਹਿੰਦੇ ਨਹੀਂ ਉਹ ਤਾਂ ਆਫਲਾਈਨ ਜਾ ਕੇ ਟੀਚਰ ਦੇ ਕੋਲ ਬੈਠ ਕੇ ਸਮਝਾਉਣੀ ਹੈ। ਤੁਹਾਡੇ ਪੇਰੈਂਟਸ ਪਹਿਲੀ ਵਾਰ ਚੈਗਰੀ ਕਰ ਗਏ ਸੀ? ਹਾਂਜੀ, ਇੱਕ ਦੂਰ ਸੀ ਇਸ ਲਈ ਵੀ, ਪਰ ਆਨਲਾਈਨ 'ਚ ਆਏ ਹਾਂ, ਟੀਚਰਸ ਵੀ ਸਭ ਕੁਛ ਦੱਸਦੇ ਆ, ਤੁਹਾਡੇ ਨਾਲ ਪਰਸਨਲ ਵੀ ਸੀਗੀ ਜਿਹੜੀ ਅਟੈਚਮੈਂਟ ਸੀ ਇਸ ਲਈ। ਠੀਕ ਹੈ, ਠੀਕ ਹੈ। ਫਿਰ ਆਨਲਾਈਨ ਕਲਾਸਿਸ ਦੇ ਵਿੱਚ ਡਾਊਟ ਸੋਲਵਿੰਗ ਕਿੱਦਾਂ ਹੁੰਦੀ ਹੈ? ਕੋਈ ਪ੍ਰੋਬਲਮ ਹੈ, ਕੋਈ ਕੁਐਸਚਨ ਨਹੀਂ ਸੋਲਵ ਹੋਇਆ, ਕਿੱਦਾਂ ਪੁੱਛੀਏ? ਮੈਸੇਜ ਕਰ ਸਕਦੇ ਹਾਂ, ਸਰ ਰਿਪਲਾਈ ਕਰਦੇ ਆ, ਮੈਮ ਰਿਪਲਾਈ ਕਰ ਦਿੰਦੇ ਆ, ਇਸ ਲਈ ਆਨਲਾਈਨ ਵੀ ਠੀਕ ਹੈ, ਕਰ ਸਕਦੇ ਹਾਂ ਆਪਾਂ। ਠੀਕ ਹੈ। ਅੱਛਾ, ਤੁਹਾਡਾ ਇਗਜ਼ਾਮ ਹੋ ਗਿਆ, ਗੱਲ ਖਤਮ ਹੀ, ਉਸ ਤੋਂ ਬਾਅਦ ਤੁਹਾਨੂੰ ਐਡਮਿਸ਼ਨ ਵਗੈਰਾ ਦੇ ਲਈ, ਕਾਊਂਸਲਿੰਗ ਦੇ ਲਈ ਵੀ ਸਾਰੀ ਗਾਈਡੈਂਸ ਮਿਲ ਰਹੀ ਹੈ? ਹਾਂਜੀ, ਹੁਣ ਮੈਂ ਕਾਊਂਸਲਿੰਗ ਲਈ ਆਈ ਸੀ, ਸਰ ਸਾਰੇ ਪਰਿਵਾਰ ਆ ਇੱਥੇ ਬਿਠਾ ਕੇ, ਆਪਾਂ ਵੀ ਐਂਡ ਤੱਕ ਨਾਲ ਹੀ ਰਹਿਣਗੇ ਜਦੋਂ ਤੱਕ ਆਪਾਂ ਨੂੰ ਲੋੜ ਹੈਗੀ ਹੈ। ਜਦੋਂ ਆਪਾਂ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਹਾਂ, ਤੁਸੀਂ ਉਸ ਟਾਈਮ 'ਤੇ ਕੋਈ ਹੋਰ ਪ੍ਰੋਬਲਮ ਫੇਸ ਕੀਤੀ ਹੋਈ? ਵਿੱਚ ਕਈ ਵਾਰੀ ਟਾਈਮ ਵੇਸਟੇਜ ਹੁੰਦੀ ਹੈ, ਸੋ ਉਹ ਘੱਟ ਕਰਨੀ ਚਾਹੀਦੀ ਹੈ ਆਪਾਂ ਨੂੰ। ਠੀਕ ਹੈ, ਹੁਣ ਜਦੋਂ ਆਨਲਾਈਨ ਕਲਾਸ ਲਗਾਉਣੀ ਹੈ ਤਾਂ ਨੈਚੁਰਲ ਫੋਨ ਜਾਂ ਲੈਪਟਾਪ 'ਤੇ ਲਗਾਉਣੀ ਹੈ, ਉੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਬਹੁਤ ਸਾਰੀਆਂ ਨੋਟੀਫਿਕੇਸ਼ਨਸ ਆ ਗਈਆਂ, ਬੱਚੇ ਯੂਟਿਊਬ ਰੀਲਸ ਇੰਸਟਾਗ੍ਰਾਮ ਖੋਲ੍ਹ ਕੇ ਸਨੈਪਚੈਟ ਕਿੰਨਾ ਕਿੰਨਾ ਟਾਈਮ ਖਰਾਬ ਕਰ ਲੈਂਦੇ ਨੇ, ਕਿੱਦਾਂ ਬਚਿਆ ਜਾਏ? ਉਹ ਤਾਂ ਹੁਣ ਜੇ ਪੜ੍ਹ ਰਹੇ ਹੋ ਤਾਂ ਪੜ੍ਹਨ ਵੱਲ ਧਿਆਨ ਦੇਣਾ ਚਾਹੀਦਾ, ਉਹ ਬਾਅਦ 'ਚ ਵੀ ਕਰ ਸਕਦੇ ਹਾਂ, ਬਾਕੀ ਮੈਂ ਨੋਟੀਫਿਕੇਸ਼ਨਸ ਆਫ ਕਰ ਦਿੰਦੀ ਸੀ ਕਲਾਸ ਵੇਲੇ, ਬਸ ਕਲਾਸ 'ਤੇ ਹੀ ਧਿਆਨ। ਆਫਟਰ ਯੂਰ ਡਿਗਰੀ ਕੀ ਪਲੈਨਸ ਨੇ, ਕੁਛ ਸੋਚਿਆ ਹੋਇਆ ਅੱਗੇ ਫਿਊਚਰ ਪਲੈਨ ਜਾਂ ਅਜੇ ਨਹੀਂ? ਨਹੀਂ, ਡਿਗਰੀ 'ਤੇ ਬੇਸ 'ਤੇ ਜੋ ਜੋਬਸ ਹੋਣਗੀਆਂ ਉਹਨਾਂ ਲਈ ਤਿਆਰੀ ਕਰਨੀ ਹੈ। ਮਤਲਬ ਗਵਰਨਮੈਂਟ ਜੋਬਸ ਦਾ ਹੀ ਪਲੈਨ ਹੈ ਜਾਂ ਫੋਰਨ ਦਾ ਪਲੈਨ ਹੈ? ਨਹੀਂ, ਗਵਰਨਮੈਂਟ ਜੋਬਸ ਹੀ। ਠੀਕ ਹੈ, ਠੀਕ ਹੈ, ਫਿਰ ਹਾਰਟੀਕਲਚਰ ਬੈਟਰ ਚੋਇਸ ਹੋ ਸਕਦੀ ਹੈ। ਕਲਚਰ ਬੇਸ 'ਤੇ ਨਾ ਹੋਰ ਬਹੁਤ ਸਾਰੀਆਂ ਜੋਬਸ ਨੇ, ਜਿਵੇਂ ਐਗਰੀਕਲਚਰ ਡਿਪਾਰਟਮੈਂਟਸ ਦੇ ਵਿੱਚ ਵੀ ਨੇ, ਫੋਰੈਸਟਰੀ ਦੇ ਵਿੱਚ ਵੀ ਨੇ, ਬੈਂਕਿੰਗ 'ਚ ਵੀ ਨੇ, ਨਬਾਰਦ ਹੈ, ਹੋਰ ਬਹੁਤ ਸਾਰੀਆਂ ਨੇ, ਬੈਂਕਿੰਗ ਦੇ ਵਿੱਚ ਵੀ ਐਗਰੀਕਲਚਰਲ ਆਫੀਸਰਸ ਹੁੰਦੇ ਨੇ, ਅਤੇ ਕਾਫੀ ਹੈ। ਨਰਸਿੰਗ ਦੇ ਵਿੱਚ ਵੀ ਹੈਗੀ ਹੈ, ਲੇਕਿਨ ਨਰਸਿੰਗ ਦੇ ਵਿੱਚ ਗੌਰਮੈਂਟ ਜੋਬਸ ਜਾਂ ਤਾਂ ਮੇਨਲੀ ਸਟਾਫ ਨਰਸ ਹੈ ਜਾਂ ਐਕਸਪੀਰੀਅੰਸ ਬੇਸ 'ਤੇ ਆਪਾਂ ਨਰਸਿੰਗ ਆਫੀਸਰ ਬਣ ਜਾਂਗੇ। ਹੋਰ ਅਦਰ ਡਿਪਾਰਟਮੈਂਟਸ ਦੇ ਵਿੱਚ ਐਪਲੀਕੇਸ਼ਨਸ ਘੱਟ ਨੇ, ਮਤਲਬ ਕੁਛ ਐਗਜ਼ਾਮਸ ਹੁੰਦੇ ਨੇ, ਐਨਕਲੈਕਸ ਹੈ। ਹਾਂਜੀ, ਉਹ ਡਾਇਰੈਕਟ ਲੈ ਜਾਂਦੇ ਆ ਉੱਥੋਂ, ਡਾਇਰੈਕਟ ਪੀਆਰ ਬੇਸਿਸ 'ਤੇ ਆਪਾਂ ਜਾ ਸਕਦੇ ਹਾਂ, ਉਹ ਇੱਕ ਕਾਫੀ ਵਧੀਆ ਗੇਟਵੇ ਆਪਣੇ ਕੋਲ ਅਗਰ ਫੋਰਨ ਦਾ ਹੀ ਪਲਾਨ ਰੱਖਿਆ ਹੋਏ। ਇੱਥੇ ਵੀ ਠੀਕ ਹੈ, ਇੱਥੇ ਵੀ ਇਹ ਕਿ ਅਗਰ ਆਪਾਂ ਹੁਣ ਕੰਪੈਰੀਜ਼ਨ ਹੀ ਕਰ ਰਹੇ ਹਾਂ ਤਾਂ ਗੌਰਮੈਂਟ ਜੋਬਸ ਉੱਧਰ ਜ਼ਿਆਦਾ ਨਜ਼ਰ ਆਉਂਦੀਆਂ ਨੇ, ਐਗਰੀਕਲਚਰ ਦੇ ਵਿੱਚ ਵੀ, ਹਾਰਟੀਕਲਚਰ ਦੇ ਵਿੱਚ ਵੀ। ਬਾਕੀ ਇੱਥੇ ਵੀ ਜੋ ਗੌਰਮੈਂਟ ਜੋਬਸ ਨੇ ਲਾਈਕ PGI ਦੇ ਵਿੱਚ ਸਟਾਫ ਨਰਸਿਸ ਨੇ, ਜਾਂ ਇੱਥੇ ਪੰਜਾਬ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਕਾਫੀ ਅੱਛਾ ਪੇ ਸਕੇਲ ਆਫਰ ਕਰਦੇ ਨੇ, ਜਾਂ ਨਰਸਿੰਗ ਆਫੀਸਰ ਉਸ ਤੋਂ ਵੀ ਹਾਇਰ ਪੋਸਟ ਮਿਲਦੀ ਹੈ, ਉਹ ਵੀ ਬਹੁਤ ਅੱਛਾ ਪੇ ਸਕੇਲ ਆਫਰ ਕਰਦੇ ਆ। ਜੋਬ ਦੀ ਸਿਕਿਉਰਿਟੀ ਹੈ, ਰਿਸਪੈਕਟੇਬਲ ਜੋਬ ਹੈ, ਬਹੁਤ ਸਹੀ ਹੈ ਇੱਧਰ ਵੀ। ਅੱਛਾ, ਇਸ ਪ੍ਰੈਪਰੇਸ਼ਨ ਜਰਨੀ ਦੇ ਵਿੱਚ ਪੜ੍ਹਾਈ ਤਾਂ ਚਲੋ ਆਪਾਂ ਸਿੱਖੀ ਸਿੱਖੀ, ਹੋਰ ਕੀ ਸਿੱਖਣ ਨੂੰ ਮਿਲਿਆ? ਹੋਰ ਪੇਸ਼ੈਂਸ, ਜਿਵੇਂ ਹੌਲੀ ਹੌਲੀ ਕਰਾਂਗੇ, ਪੇਸ਼ੈਂਸ ਬੰਦੇ 'ਚ ਬਿਲਡ ਹੁੰਦੀ ਆ ਟਾਈਮ ਨਾਲ, ਤਾਂ ਸਬਰ ਰੱਖਣਾ ਚਾਹੀਦਾ, ਫਿਰ ਮਿਹਨਤ ਕਰਾਂਗੇ ਥੋੜ੍ਹੀ ਥੋੜ੍ਹੀ ਤਾਂ ਸਭ ਮਿਲੂਗਾ। ਠੀਕ ਹੈ, CET 'ਚ ਤੁਸੀਂ ਦੱਸਿਆ ਤੁਹਾਡਾ ਰੈਂਕ 52 ਸੀ ਨਾ? ਹਾਂਜੀ, 52 ਰੈਂਕ, ਮਤਲਬ ਟੌਪ ਰੈਂਕ ਦੇ ਵਿੱਚ ਹੀ ਆ ਜਾਂਦਾ, ਅਤੇ ਇੱਧਰ PPMET ਦੇ ਵਿੱਚ ਕਿੰਨੀ ਪਰਸੈਂਟ ਦੱਸੀ ਸੀ? 92 92% 52 ਰੈਂਕ, ਕੋਈ ਸ਼ੋਰਟਕੱਟ ਇਹਨਾਂ ਦਾ?
ਸ਼ਾਰਟਕੱਟ ਤਾਂ ਕੋਈ ਨਹੀਂ, ਜੋ ਟੀਚਰਸ ਕਹਿੰਦੇ ਆ ਉਹਨੂੰ ਚੰਗੀ ਤਰ੍ਹਾਂ ਕਰੋ, ਹੋਰ ਇੱਧਰ ਉੱਧਰ ਜਾਣ ਦੀ ਲੋੜ ਹੀ ਨਹੀਂ। ਟੀਚਰਸ ਜੋ ਕਹਿਣ ਉਹ ਪੜ੍ਹੋ ਅਤੇ ਵਾਰ ਵਾਰ ਰਿਵਾਈਜ਼ ਕਰਨਾ ਚਾਹੀਦਾ ਬਸ। ਹਾਰਡਵਰਕ ਕਰਨਾ ਹੀ ਪਊਗਾ ਕਿ ਕੋਈ ਸੌਖਾ ਤਰੀਕਾ? ਹਾਰਡਵਰਕ ਤਾਂ ਕਰਨਾ ਹੀ ਪਊਗਾ। ਅੱਛਾ, ਜੇ ਆਪਾਂ ਨੂੰ ਮੰਨ ਲਓ ਪਾਸਟ ਜਾਣ ਦਾ ਮੌਕਾ ਮਿਲੇ 2-3 ਮਹੀਨੇ ਪਹਿਲਾਂ ਅਸ਼ਿਕਾ, ਤਾਂ ਆਪਾਂ ਕਿੱਥੇ ਆਪਣੇ ਆਪ ਨੂੰ ਸੁਜੈਸ਼ਨ ਦੇਣਾ ਚਾਹਾਂਗੇ ਵੀ ਇੱਦਾਂ ਨਹੀਂ, ਇੱਦਾਂ ਕਰ ਲਿਆ ਜਾਏ ਤਾਂ ਹੋਰ ਵੀ ਬੈਟਰ ਹੋ ਸਕਦਾ? ਇਹਦੇ 'ਚ ਹੀ ਜੇ ਮੈਂ ਹੋਰ ਜ਼ਿਆਦਾ ਪੜ੍ਹਾਈ ਕਰਦੀ ਤਾਂ ਹੋਰ ਵੀ ਬੈਟਰ ਮਿਲ ਸਕਦਾ ਸੀ, ਇਹੀ ਹੈ ਰਿਗਰੈਟ। ਠੀਕ ਹੈ, ਪਹਿਲਾਂ ਥੋੜ੍ਹਾ ਘੱਟ ਸੀਰੀਅਸ ਲਿਆ? ਹਾਂਜੀ, ਪਹਿਲਾਂ ਜਦੋਂ ਨੇੜੇ ਆ ਗਿਆ ਫਿਰ ਟੈਨਸ਼ਨ ਹੁੰਦੀ ਆ, ਫਿਰ ਜ਼ਿਆਦਾ ਪੜ੍ਹਨ ਲੱਗ ਗਈ। ਜਦੋਂ ਤੁਸੀਂ ਇਗਜ਼ਾਮ ਦੇ ਕੇ ਆਈ ਸੀ ਈ ਟੀ ਦਾ ਵੀ ਅਤੇ ਪੀ ਪੀ ਐੱਮ ਈ ਟੀ ਦਾ ਵੀ, ਐਕਸਪੈਕਟਡ ਸੀ ਵੀ ਇੰਨਾ ਸਕੋਰ ਤਾਂ ਇੰਨਾ ਰੈਂਕ ਤਾਂ ਬਣੀ ਜਾਊਗਾ, ਇੰਨਾ ਪਰਸੈਂਟ ਆਈ? ਹਾਂਜੀ, ਸੀ ਵੀ ਸੀ ਈ ਟੀ 'ਚ ਇੰਨਾ ਨਹੀਂ ਪਤਾ ਸੀ, ਉਹਦਾ ਪ੍ਰੋਪਰ ਪਤਾ ਹੀ ਨਹੀਂ ਸੀ ਕਿੰਨੇ ਬੱਚੇ ਦਿੰਦੇ ਆ ਕਿਵੇਂ ਹੈ, ਪਰ ਉਹਦੇ 'ਚ ਵੀ ਵਧੀਆ ਆ ਗਿਆ ਐਂਡ ਇਸ 'ਚ ਵੀ। ਜਿਵੇਂ ਨੀਟ ਦੇ ਵਿੱਚ ਸਕੋਰ ਕੋਈ ਇੰਨਾ ਖਾਸ ਨਹੀਂ ਸੀ, ਤੁਸੀਂ ਦੱਸਿਆ ਵੀ 200+ ਨੰਬਰ ਹੀ ਸੀਗੇ, ਤਾਂ ਉਸ ਟਾਈਮ 'ਤੇ ਇੱਕ ਵਾਰ ਤਾਂ ਬੱਚਾ ਰਿਜ਼ਲਟ ਦੇਖ ਕੇ ਕਾਫੀ ਡੀਮੋਟੀਵੇਟ ਹੋ ਜਾਂਦਾ ਕਿ ਯਾਰ ਮੈਂ +1-2 ਸਾਲ ਪ੍ਰੈਪਰੇਸ਼ਨ ਦਿੱਤੇ ਨੇ, ਇੰਨਾ ਕਰਦਾ ਤਾਂ ਐਕਸਪੈਂਸ ਵੀ ਹੋਇਆ ਹੁੰਦਾ ਅਤੇ ਸਾਰਾ ਕੁਛ ਹੋਇਆ ਹੁੰਦਾ, ਇੱਕ ਵਾਰ ਬਹੁਤ ਜ਼ਿਆਦਾ ਡੀਮੋਟੀਵੇਸ਼ਨ ਲੱਗਦੀ ਹੈ ਵੀ ਮੇਰੇ ਤੋਂ ਨਹੀਂ ਜ਼ਿੰਦਗੀ ਵਿੱਚ ਕੁਛ ਹੋਣਾ, ਪਰ ਤੁਸੀਂ ਫਿਰ ਵੀ ਹਿੰਮਤ ਦਿਖਾਈ ਅਤੇ 2-2 ਇਗਜ਼ਾਮ ਕਲੀਅਰ ਕਰਕੇ ਦਿਖਾਏ, ਅਤੇ ਉਹ ਵੀ ਮਤਲਬ ਸਿਰਫ ਪਾਸਿੰਗ ਸਕੋਰ ਨਹੀਂ, ਟੋਪ ਪਰਸੈਂਟਾਈਲ ਦੇ ਵਿੱਚ ਤੁਸੀਂ ਦੋਨਾਂ ਦੇ ਵਿੱਚ ਆਏ, ਐਡਮਿਸ਼ਨ ਵੀ ਅਸ਼ੋਰ ਕਰ ਲਏ, ਉਸ ਟਾਈਮ 'ਤੇ ਕਿੰਨੀ ਕੁ ਮੋਟੀਵੇਸ਼ਨ ਦੀ ਲੋੜ ਸੀ? ਉਹ ਮਤਲਬ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੋਰ ਵੀ ਕੋਈ ਆਪਣਾ ਭੈਣ ਭਾਈ ਹੋ ਸਕਦਾ ਜਿਹੜਾ ਨੀਟ ਦੇ ਵਿੱਚ ਹੁਣੇ ਰਿਜ਼ਲਟ ਦੇਖਿਆ ਅਗਲੇ ਨੇ ਅਤੇ ਉਹਦਾ ਕੋਈ ਅੱਛਾ ਸਕੋਰ ਨਹੀਂ ਹੈ, ਉਹ ਵਿਚਾਰਾ ਹਿੰਮਤ ਛੱਡ ਦਿੰਦਾ ਕਿ ਯਾਰ ਮੇਰੇ ਤੋਂ ਜ਼ਿੰਦਗੀ 'ਚ ਕੁਛ ਨਹੀਂ ਹੋਣਾ, ਉਹਦੇ ਲਈ ਕੀ ਐਡਵਾਈਸ ਹੈ? ਜਦੋਂ ਇੱਕ ਵਾਰ ਫੇਲੀਅਰ ਦੇਖ ਲੈਂਦੇ ਹਾਂ ਫਿਰ ਖੁਦ ਅੰਦਰੋਂ ਹੀ ਮੋਟੀਵੇਸ਼ਨ ਆਉਂਦੀ ਹੈ ਕਿ ਹੁਣ ਤਾਂ ਕਰਨਾ ਹੀ ਹੈ ਕਲੀਅਰ। ਲੋਕ ਵੀ ਕਹਿੰਦੇ ਆ ਤਾਂ ਉਹਨਾਂ ਨੂੰ ਵੀ ਦਿਖਾਉਣਾ ਕਿ ਅਸੀਂ ਕਰ ਸਕਦੇ ਹਾਂ, ਇਸ ਲਈ ਬਹੁਤ ਜ਼ਿਆਦਾ ਹਾਰਡਵਰਕ ਦੀ ਲੋੜ ਹੈਗੀ ਹੈ। ਅਤੇ ਇਹ ਨਹੀਂ ਹੈ ਕਿ ਇੱਕ ਇਗਜ਼ਾਮ ਨਹੀਂ ਕਲੀਅਰ ਹੋਇਆ ਤਾਂ ਆਪਾਂ ਜ਼ਿੰਦਗੀ 'ਚ ਕੁਛ ਵੀ ਨਹੀਂ ਕਰ ਸਕਦੇ, ਬਾਕੀ ਹੋਰ ਪੇਪਰ ਹੋਰ ਬਹੁਤ ਕੁਛ ਹੈ, ਇੱਕ ਇਗਜ਼ਾਮ ਹੀ ਸਾਰਾ ਕੁਛ ਨਹੀਂ ਹੈ। ਅਗਰ ਨਹੀਂ ਵੀ ਹੋਇਆ ਤਾਂ ਕੋਈ ਗੱਲ ਨਹੀਂ, ਅਗਲੇ ਸਾਲ ਆਪਾਂ ਦੁਬਾਰਾ ਟਰਾਈ ਕਰ ਲਾਂਗੇ। ਮੀਨਵਾਈਲ ਹੋਰ ਜਿੰਨੇ ਇਗਜ਼ਾਮਸ ਨੇ, ਹੋਰ ਜਿੰਨੇ ਵੀ ਅਪੋਰਚੁਨਿਟੀਜ਼ ਨੇ, ਆਪਾਂ ਉਹਨਾਂ ਨੂੰ ਜ਼ਰੂਰ ਅਵੇਲ ਕਰੀਏ। ਇਗਜ਼ਾਮ ਅਟੈਂਪਟੇਸ਼ਨ ਦੇ ਲਈ ਕੋਈ ਟਿਪਸ ਕਿੱਦਾਂ ਇਗਜ਼ਾਮ ਅਟੈਂਪਟ ਕਰੀਏ ਵੀ ਲਿਮਿਟਡ ਟਾਈਮ 'ਚ ਇਗਜ਼ਾਮ ਪੂਰਾ ਵੀ ਹੋ ਜਾਏ, ਨੈਗੇਟਿਵ ਮਾਰਕਿੰਗ ਤੋਂ ਵੀ ਬਚਿਆ ਜਾਏ ਅਤੇ ਟਾਈਮ ਸ਼ੋਰਟੇਜ ਵੀ ਨਾ ਹੋਏ? ਜਿਹੜਾ ਸਬਜੈਕਟ ਤੁਹਾਨੂੰ ਈਜ਼ੀ ਲੱਗਦਾ ਉਹਦੇ ਤੋਂ ਸਟਾਰਟ ਕਰਨਾ ਚਾਹੀਦਾ। ਜਿਵੇਂ ਮੈਂ ਬਾਇਓ ਤੋਂ ਹੀ ਕਰਦੀ ਸੀ, ਉਹਦੇ 'ਚ ਜਲਦੀ ਜਲਦੀ ਕੁਐਸਚਨ ਹੋ ਜਾਂਦੇ ਆ। ਉਸ ਜਿਹੜੇ ਵੀ ਥਿਊਰੀ ਵਾਲੇ ਸਬਜੈਕਟ ਹੈ ਪਹਿਲਾਂ ਉਹਨਾਂ ਨੂੰ ਕੰਪਲੀਟ ਕਰ ਲੈਣਾ ਚਾਹੀਦਾ, ਉਸ ਤੋਂ ਬਾਅਦ ਕਮਿਸਟਰੀ ਐਂਡ ਜਿਹੜੇ ਵੀ ਨਿਊਮੈਰੀਕਲ ਹੈ ਜਿਹੜੇ ਛੋਟੇ ਆ ਜਲਦੀ ਜਲਦੀ ਹੁੰਦੇ ਆ ਉਹ ਤਾਂ ਕਰ ਸਕਦੇ ਹਾਂ, ਨਹੀਂ ਤਾਂ ਬਾਅਦ 'ਚ ਲਈ ਛੱਡ ਦਿਉ। ਇਸ ਲਈ ਛੋਟੇ ਛੋਟੇ ਕੁਐਸਚਨ ਪਹਿਲਾਂ ਸੋਲਵ ਕਰਕੇ ਉਸ ਤੋਂ ਬਾਅਦ ਬਾਕੀ ਕੁਐਸਚਨਸ 'ਤੇ ਆਉਣਾ ਚਾਹੀਦਾ। ਅੱਛਾ, ਇਸ ਪ੍ਰੈਪਰੇਸ਼ਨ ਜਰਨੀ ਦੇ ਵਿੱਚ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਹੈ, ਆਪਣੀਆਂ ਹੋਬੀਜ਼ ਵੀ ਕਈ ਵਾਰੀ ਕੁਛ ਹੁੰਦੀਆਂ, ਪਰਸਨਲ ਇੰਟਰਸਟ ਹੁੰਦੇ ਨੇ, ਤਾਂ ਤੁਸੀਂ ਸਟੱਡੀ ਅਤੇ ਹੋਬੀਜ਼ ਪਰਸਨਲ ਲਾਈਫ ਦੇ ਵਿੱਚ ਕਿੱਦਾਂ ਬੈਲੈਂਸ ਮੇਨਟੇਨ ਕੀਤਾ? ਹੋਬੀਜ਼ ਗੇਮਸ ਵਗੈਰਾ ਖੇਡਣ ਦਾ ਸ਼ੌਂਕ ਸੀ ਮੈਨੂੰ, ਪਰ ਪ੍ਰਿਪਰੇਸ਼ਨ ਟਾਈਮ ਨਹੀਂ ਜ਼ਿਆਦਾ ਹੋਇਆ ਸੀ ਇੱਛਾ ਉਹ ਵੀ ਕਰਨ ਦੀ, ਆਹ ਹੁਣ ਕਰਾਂਗੇ, ਪਰ ਪਹਿਲਾਂ ਪੜ੍ਹਾਈ ਵਾਲਾ ਕੰਮ ਜੋ ਮੇਨ ਆ ਉਹ ਕਰਨਾ ਚਾਹੀਦਾ। ਫਿਜ਼ੀਕਲ ਗੇਮਸ ਜਾਂ ਫੋਨ ਤੇ? ਫਿਜ਼ੀਕਲ ਥੋੜ੍ਹਾ ਬਹੁਤ ਟਾਈਮ ਮਿਲਦਾ ਸੀ ਤਾਂ ਖੇਡ ਵੀ ਲੈਂਦੀ ਸੀ, ਪਰ ਮੇਨ ਬੈਡਮਿੰਟਨ 'ਚ ਹੈਗਾ ਇੰਟਰਸਟ ਮੇਰਾ। ਅਤੇ ਹੁਣ ਜਿਵੇਂ ਤੁਸੀਂ ਪੀ ਯੂ 'ਚ ਐਡਮਿਸ਼ਨ ਲਈ ਹੈ ਉੱਥੇ ਤੁਹਾਨੂੰ ਨਾ ਆਪਸ਼ਨ ਦੇਣਗੇ NCC, NSS ਅਤੇ NSO, ਹੁਣ ਜਦੋਂ ਤੁਹਾਨੂੰ ਰਜਿਸਟ੍ਰੇਸ਼ਨ ਲਈ ਬੁਲਾਇਆ ਤਾਂ ਤੁਸੀਂ ਉੱਥੇ NSO ਸਿਲੈਕਟ ਕਰ ਲੈਣਾ, ਉੱਧਰ ਤੁਹਾਨੂੰ ਇੱਕ ਸਪੋਰਟਸ ਮਿਲ ਜਾਏਗੀ, ਬੈਡਮਿੰਟਨ ਆਈ ਥਿੰਕ ਉਹਨਾਂ ਦੀ ਸਪੋਰਟਸ ਦੀ ਲਿਸਟ ਦੇ ਵਿੱਚ ਹੈ। ਉੱਧਰ ਤੁਹਾਡਾ ਵੀਕ ਦੇ ਵਿੱਚ 1 ਦਿਨ ਜਾਂ 2 ਦਿਨ ਤੁਹਾਡਾ ਪ੍ਰੋਪਰ ਟਾਈਮ ਹੋਇਆ ਕਰੇਗਾ, ਪੀਰੀਅਡ ਹੋਇਆ ਕਰੇਗਾ ਜਿੱਦਾਂ ਦੇ ਤੁਸੀਂ ਸਪੋਰਟਸ ਹੀ ਕਰਨਾ, ਜਿਹੜੇ ਤੁਸੀਂ ਉੱਥੇ ਅੱਛਾ ਕਰਦੇ ਹੋ ਤੁਸੀਂ ਯੂਨੀਵਰਸਿਟੀ ਲੈਵਲ 'ਤੇ ਕੰਪੀਟੀਸ਼ਨ 'ਚ ਵੀ ਜਾ ਸਕਦੇ ਹੋ, ਹੈਲਥ ਵੀ ਅੱਛੀ ਰਹਿੰਦੀ ਹੈ, ਵਧੀਆ ਚੀਜ਼ ਹੈ। ਅੱਛਾ, ਇਸ ਪ੍ਰੈਪਰੇਸ਼ਨ ਦੇ ਟਾਈਮ 'ਤੇ ਕਈ ਵਾਰੀ ਸਟ੍ਰੈਸ ਵੀ ਕਾਫੀ ਹੋ ਜਾਂਦਾ ਹੈ, ਹਾਊ ਟੂ ਮੈਨੇਜ ਸਟ੍ਰੈਸ? ਥੋੜ੍ਹਾ ਬ੍ਰੇਕ ਲੈ ਸਕਦੇ ਹਾਂ ਸਟ੍ਰੈਸ ਲਈ, ਆਪਣੇ ਪੇਰੈਂਟਸ ਨਾਲ ਗੱਲ ਕਰੋ, ਬਾਹਰ ਘੁੰਮੋ ਫਿਰੋ, ਤਾਂ ਸਟ੍ਰੈਸ ਨਹੀਂ ਹੁੰਦਾ ਫਿਰ।
ਠੀਕ ਹੈ। ਤੁਹਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਬੱਚੇ ਪੀਯੂ ਦੇ ਵਿੱਚ ਆਪਣਾ ਕਰੀਅਰ ਸਕਸੈਸਫੁਲ ਬਣਾਉਣਾ ਚਾਹੁੰਦੇ ਨੇ, ਕਈ ਨਰਸਿੰਗ ਦੇ ਵਿੱਚ ਕਰੀਅਰ ਸਕਸੈਸਫੁਲ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਕੋਈ ਐਡਵਾਈਸ ਨੈਕਸਟ ਈਅਰ ਜੋ ਬੱਚੇ ਇਗਜ਼ਾਮ ਦੇਣ ਵਾਲੇ ਨੇ, ਕਿਸ ਤਰ੍ਹਾਂ ਉਹ ਤੁਹਾਡੇ ਵਾਂਗੂ ਵੀ ਵਧੀਆ ਸਕੋਰ ਲੈ ਕੇ ਆਪਣੀ ਐਡਮਿਸ਼ਨ ਅਸ਼ੋਰ ਕਰ ਸਕਦੇ ਨੇ? ਸ਼ੁਰੂ ਤੋਂ ਹੁਣ ਟਾਈਮ ਹੈ, ਥੋੜ੍ਹਾ ਥੋੜ੍ਹਾ ਪੜ੍ਹਦੇ ਰਹੀਏ ਤਾਂ ਐਂਡ 'ਤੇ ਜ਼ਿਆਦਾ ਬਰਡਨ ਨਹੀਂ ਹੁੰਦਾ, ਉਹਨੂੰ ਥੋੜ੍ਹਾ ਥੋੜ੍ਹਾ ਰਿਵਾਈਜ਼ ਕਰਦੇ ਰਹੋ, ਜਿਵੇਂ ਜਿਵੇਂ ਸਰ ਕਲਾਸਿਸ ਲੈਂਦੇ ਆ ਉਵੇਂ ਉਵੇਂ ਪੜ੍ਹਦੇ ਰਹੋ ਨਾਲ ਨਾਲ, ਤਾਂ ਈਜ਼ੀਲੀ ਹੋ ਜਾਊਗਾ। ਬਸ ਐਂਡ ਲਈ ਸਾਰਾ ਕੁਛ ਨਹੀਂ ਛੱਡਣਾ ਚਾਹੀਦਾ, ਥੋੜ੍ਹਾ ਥੋੜ੍ਹਾ ਪੜ੍ਹਦੇ ਰਹਿਣਾ ਚਾਹੀਦਾ। ਠੀਕ ਹੈ, ਫੈਮਿਲੀ ਫਰੈਂਡਸ ਔਰ ਰਿਲੇਟਿਵਸ ਨੂੰ ਕੀ ਤੁਸੀਂ ਸਨੀ ਕੋਚਿੰਗ ਕਲਾਸਿਸ ਰੈਕਮੈਂਡ ਕਰੋਗੇ? ਹਾਂਜੀ ਬਿਲਕੁਲ, ਬੈਸਟ ਕੋਚਿੰਗ ਹੈ ਇਹ, ਔਨਲਾਈਨ ਵੀ ਲੈ ਸਕਦੇ ਹਾਂ ਤਾਂ ਵਧੀਆ ਹੀ ਹੈ। ਥੈਂਕ ਯੂ। ਕੀ ਅਸੀਂ ਵੀਡੀਓ ਤੁਹਾਡੀ ਇਨ ਫਿਊਚਰ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਸ਼ੇਅਰ ਕਰ ਸਕਦੇ ਹਾਂ? ਹਾਂਜੀ। ਥੈਂਕ ਯੂ ਸੋ ਮੱਚ ਫੋਰ ਗਿਵਿੰਗ ਯੋਰ ਟਾਈਮ, ਐਂਡ ਵੀ ਰੀਲੀ ਪ੍ਰੇ ਕਿ ਤੁਸੀਂ ਇੱਦਾਂ ਹੀ ਹਾਰਡ ਵਰਕ ਕਰਦੇ ਰਹੋ, ਇੱਧਰ ਵੀ ਨਰਸਿੰਗ ਦੇ ਵਿੱਚ ਤੁਹਾਨੂੰ ਵਧੀਆ ਵਧੀਆ ਗੌਰਮੈਂਟ ਕਾਲਜਿਸ ਅਲਾਟ ਹੋ ਜਾਣ, ਅਤੇ ਆਪਾਂ ਇਹਨੂੰ ਡਿਸਕਸ਼ਨ ਨੂੰ ਹਜੇ ਕੰਟੀਨਿਊ ਰੱਖਾਂਗੇ ਡੈਫੀਨੇਟਲੀ ਕਿ ਹਾਰਟੀਕਲਚਰ ਕਰੀਏ ਕਿ ਬੀ ਐੱਸ ਸੀ ਨਰਸਿੰਗ ਕਰੀਏ, ਬਟ ਡੈਫੀਨੇਟਲੀ ਪੀ ਜੀ ਆਈ ਐੱਮ ਈ ਆਰ ਅਤੇ ਜੀ ਐੱਮ ਸੀ ਐੱਸ ਲਈ ਜਿਵੇਂ ਤੁਸੀਂ ਅਪਲਾਈ ਕੀਤਾ ਹੋਇਆ ਤਾਂ ਉਹ ਜ਼ਰੂਰ ਤੁਸੀਂ ਵਧੀਆ ਤਰੀਕੇ ਨਾਲ ਪ੍ਰੈਕਟਿਸ ਕਰਕੇ ਆਪਣੀ ਪ੍ਰੈਪਰੇਸ਼ਨ ਕਰਕੇ ਦਿਓ, ਉਹਦੇ 'ਚ ਵੀ ਅੱਛਾ ਸਕੋਰ ਲੈ ਕੇ ਆਓ, ਐਂਡ ਮੈਂ ਤਾਂ ਇਹੀ ਉਮੀਦ ਕਰਦਾ ਕਿ ਆਪਾਂ ਉਹ ਐਗਜ਼ਾਮਸ ਤੋਂ ਬਾਅਦ ਦੁਬਾਰਾ ਫਿਰ ਆਏ ਮਿਲਾਂਗੇ, ਫਿਰ ਆਪਾਂ ਪੀ ਜੀ ਆਈ ਅਤੇ ਜੀ ਐੱਮ ਸੀ ਐੱਸ ਦਾ ਐਕਸਪੀਰੀਅੰਸ ਦੇਖਾਂਗੇ, ਐਂਡ ਗੋਡ ਬਲੈਸ ਯੂ, ਥੈਂਕ ਯੂ ਸੋ ਮੱਚ ਫੋਰ ਗਿਵਿੰਗ ਯੋਰ ਟਾਈਮ, ਐਂਡ ਆਲ ਦਾ ਵੈਰੀ ਬੈਸਟ ਫੋਰ ਯੂਰ ਫਿਊਚਰ। ਥੈਂਕ ਯੂ ਸਰ।